अस्सलाम वालेकुम, सत श्री अकाल, प्रणाम दोस्तों। मैं नासर कसाणा और तुसी देख रहे हो चैनल एक पिंड पंजाब दा। असी अज तुहानू लै के जा रहे हैं चक नंबर 464 गाहबे तहसील समुंदरी का एक बहुत खूबसूरत पिंड, जिथों सरदार बूटा सिंह हुणां दे बड़े उठ के गए सीगे। हुण इस पिंड च कौन रहिंदा आ, कित्थों कित्थों लोग आ के वसे आ, ते बूटा सिंह हुणां दे बड़िआं दी इस पिंड चों गवाही मिली या नहीं मिली, वह सारी तुसी इस वीडियो में देखोगे। जेकर तुसी भी वीडियो राही अपना पिंड देखना चाहते हैं तो साढ़े दिते हुए नंबर ते साढ़े नाल राबता कर सकते हैं जी। पुछ लैंदे मां जी नूं, हां सरदार आए उधरों, सत श्री अकाल जी। इंडिया तो अच्छा मां जी जो इथे आई थी तुसी वेख्या सी गुरुद्वारा ते जंज घर सोलह वर अपने मापिया च रही रोटी घर हाल बहुदा सी, मेनू रोटी ना चुकनी आवे सिर ते बिनू करके मैं रोया करन हालिया दी रोटी पिछे हालिया दी रोटी, फिर मैं 16 वरे मापिया दे रही, फिर असी अपनी पैरी ना रोटी सीखण नूं इन्ना टाइम लाता चल पुत तुहानूं सौणा ही आ बणाउणा ही आ करदा आ, हुण कदे कैमरे च मेरी तस्वीर ना ला के लै गए एक दिन लै गए कि मेरे ला के तुरी जावां त्रेठ ऐसा सोके ना, उन्हें हौली हौली कार खिलार के मेरे लागे खलो गया भाई, मैं चुप कर रही, ओहदी वी चुप बुढ़ी निकली, मैंने पूछा ला पी मां हिंदुस्तान तू भी कोरा पान गया जी। सरदार जी इस जगह खूह सी लगा, बड़ा अच्छा सिस्टम बनाए पक्का सी उहदा चार चफेरा जिहड़ा मेन इहदे बाजार सारे नूं टच करदे आ, इह बाजार घूम के जिथों आपां पहला बाजार आया उधर दी आ जांदा जी, फिर इस तरह ए बाजार इधर नूं घूम के इधर नूं आ जांदा जी, अगों आ उस घूम के फिर इत्थे आण के टच इहदे नाल करदा जी, सारे बाजार इस चौक नाल टच करदे आ जी। गुरुद्वारा सी ओह उधर आ उस साइड ते आ, हां जी नहीं स्पीकर परली साइड ते उत्थे वी इक खूह लगा सी, छोटी खूह सी लेकिन मेन जिहड़ा ना जी इह खूह सीगा जिहड़ा इत्थे सीगा। ठीक है जी, हाँ जी, इह तकरीबन 52 मरबा जी पिंड दा जिहड़ा नंबर आ 52, हाँ जी 52 मरबे दे विच आबादी आ, हुण ते इजाफी हो गई आ, वैसे ओह जित्थों आपां पिंड एंटर होए आ उस कोने तों शुरू हो के ते अगले कोने तक जांदा जी, पूरा 25 एकड़ दे विच पिंड सीगा जी। अच्छा जी, ते ਉਧਰ ਵੀ ਆ ਥੋੜੀ ਬਹੁਤੀ
ਜਿਵੇਂ ਹੁਣ 25 ਉਹ ਉਧਰ ਜਾਣਾ ਪੈਣਾ ਆਪਾਂ ਤੁਹਾਨੂੰ ਵਿਖਾ ਦਿੰਦਾ ਗੱਡੀਆਂ ਫਰੀ ਥੇ ਰੱਖ ਦਿਓ ਤੁਹਾਨੂੰ ਵਿਖਾ ਦਿੰਦਾ ਆ ਜਾਓ ਤੁਰ ਕੇ ਥੋੜੇ ਪੈਦਲ ਚਲੇ ਜਾਂਦੇ ਹੁਣ ਮਰਬੇ ਦੇ ਵਿੱਚ ਕਿ ਪਹਿਲਾਂ ਲੰਮੇ ਸ਼ੁਰੂ ਚ ਸ਼ੁਰੂ ਤੋਂ ਹੀ ਮਰਬੇ ਦੇ ਵਿੱਚ ਹਾਂਜੀ ਹਾਂਜੀ ਜਿਸ ਟਾਈਮ 1906 ਚ ਆਬਾਦ ਹੋਇਆ ਨਾ ਜੀ ਅੱਛਾ ਉਸ ਟਾਈਮ ਇੱਕ ਮਰਬੇ ਦੀ ਕਟਾਂਗਾ ਉਹ ਅੱਛਾ ਅੱਛਾ ਇਹ ਬਾਜ਼ਾਰ ਇਹਦੇ ਐਸੀ 80-80 ਫੁੱਟ ਜੀ 80-60 ਦੀ ਕਟਾਂਗੇ ਸੀ ਜੀ ਆਹ ਤੇ ਮੁੜ ਕੇ ਲੋਕਾਂ ਨੇ ਮਸਾਲ ਯਾਰ ਤੁਸੀਂ ਕਹਿੰਦੇ ਪਲਾਟਾਂ ਨੂੰ ਕਹਿੰਦੇ ਆ ਨਹੀਂ ਯਾਰ ਅਸਲ ਗਲੀਆਂ ਅੱਛਾ 80 ਫੁੱਟ ਚੌੜਾ ਸੀ ਚੌੜਾਈ ਇਹਨਾਂ ਦੀ ਸੀ ਅੱਛਾ ਜਿਹੜੇ ਮੁਲਹਿਕਾ ਨੇ ਉਹ ਹੈਗੇ ਇਹ ਜਿਹੜਾ ਮੇਨ ਬਾਜ਼ਾਰ ਆ ਇਹ ਵੀ 80 ਫੁੱਟ ਸੀ ਜਿਹੜੇ ਉਹਨੂੰ ਟੱਚ ਕਰਦੇ ਨੇ ਹਾਂਜੀ ਹਾਂਜੀ ਉਹ ਕੁਛ ਹੈਗੇ 60-60 ਫੁੱਟ ਇਸ ਤੋਂ ਘੱਟ ਬਾਜ਼ਾਰ ਨਹੀਂ ਸੀ ਬਹੁਤ ਖੁੱਲੇ ਬਾਜ਼ਾਰ ਸੀ ਹਾਂਜੀ ਅੱਛਾ ਹੁਣ ਉਹਨੇ ਨਹੀਂ ਰਹਿ ਗਏ ਲੱਗਦੇ ਨਹੀਂ ਨਹੀਂ ਬਹੁਤ ਘੱਟ ਗਏ ਜੀ ਹਾਂਜੀ ਹਾਂਜੀ ਹਾਂ ਬਿਲਕੁਲ ਜੀ ਚੌਂਤੇ ਵੇਖੋ ਤੁਸੀਂ ਕਿੰਨੇ ਦੂਰ ਆ ਗਏ ਆ ਹਾਂਜੀ ਹਾਂਜੀ ਇਹ ਸਕੂਲ ਜੰਜ ਘਰ ਸੀ ਜੀ ਸਰਦਾਰਾਂ ਦਾ ਹਾਂਜੀ ਇਹ ਸਰਦਾਰਾਂ ਦਾ ਜੰਜ ਘਰ ਸੀ ਜੀ ਨਹੀਂ ਦਰਖਤ ਹੈ ਸੀ ਵੱਡੇ ਵੱਡੇ ਪਿੱਪਲ ਵਗੈਰਾ ਹੁਣ ਖਤਮ ਹੋ ਗਏ ਕਹਿੰਦੇ ਸੀ ਬਜ਼ੁਰਗ ਉਹਦੇ ਨਾਲ ਕੀਤਾ ਕੰਟੈਕਟ ਲੱਭਿਆ ਉਹ ਨਹੀਂ ਉਹ ਬਜ਼ੁਰਗ ਫੌਤ ਹੋ ਗਿਆ ਜੀ ਨਹੀਂ ਇੱਕ ਹੋਰ ਕਹਿੰਦੇ ਸੀ ਨੰਬਰਦਾਰ ਨੂੰ ਮਾਲੂਮਾਤ ਨਹੀਂ ਹੈਗੀ ਉਹਦੀ ਪੈਦਾਇਸ਼ ਹੀ ਤਾਂ ਹੈ ਤਾਂ ਉੱਧਰ ਦੀ ਆ ਅੱਛਾ ਜਦੋਂ ਆਇਆ ਵਾ ਉਦੋਂ ਮਿਸਾਲ ਤਾਂ ਇੱਧਰ ਨੂੰ ਆ ਜਾਓ ਤੁਹਾਨੂੰ ਉਹ ਗੁਰਦੁਆਰੇ ਵਾਲੀ ਜਗ੍ਹਾ ਜੀ ਇਹਦੇ ਨਾਲ ਹੀ ਸੀ ਜੀ ਉਹ ਜਿਹੜੀ ਨੀ ਜਗ੍ਹਾ ਝੰਡਾ ਲੱਗਾ ਜੀ ਇਹ ਸੀਗਾ ਉਹਨਾਂ ਦੇ ਜੀ ਬੜੇ ਅਸੂਲ ਸੀ ਸਰਦਾਰਾਂ ਦੇ ਵੱਡਕੇ ਸਾਨੂੰ ਦੱਸਦੇ ਆ ਜੀ ਅੱਗੋਂ ਸਾਡੇ ਲੋਕਾਂ ਨੇ ਧਿਆਨ ਕੇ ਫਿਰ ਜੋ ਕੀਤਾ ਜੀ ਹਾਂਜੀ ਆਹ ਗੁਰਦੁਆਰਾ ਸੀ ਜੀ ਅੱਛਾ ਜੀ ਹਾਂਜੀ ਇਹ ਜਗ੍ਹਾ ਗੁਰਦੁਆਰਾ ਸੀ ਉਹ ਜਿੱਥੇ ਕਮਰਾ ਨੇ ਇੱਥੇ ਡਬਲ ਸਟੋਰੀ ਚਬਾਰਾ ਬਣਿਆ ਸੀ ਉੱਤੇ ਠੀਕ ਹੈ ਜੀ ਹਾਂਜੀ ਇਹ ਗੁਰਦੁਆਰਾ ਸੀ ਜੀ ਉਹਨਾਂ ਦਾ ਹਾਂਜੀ 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 ਤੇ ਨਾਲ ਹੀ ਸੀਗਾ ਆਪਣਾ ਧਰਮਸ਼ਾਲਾ ਜੰਜ ਘਰ ਧਰਮਸ਼ਾਲਾ ਹਾਂਜੀ ਉਹ ਸੀ ਨਾਲ ਉਹਦੇ ਵਿੱਚ ਦਰਖਤ ਇਹਦੇ ਵਿੱਚ ਵੀ ਦਰਖਤ ਆਇਆ ਸੀ ਉਹ ਖਤਮ ਹੋ ਗਿਆ ਵੱਡੇ ਵੱਡੇ ਪਿੱਪਲ ਸੀ ਠੀਕ ਹੈ ਬੜੇ ਮਿਸਾਲ ਦੇ ਤੌਰ ਦੇ ਉੱਤੇ ਵੱਡੇ ਸਕੂਲ ਵੀ ਇਸੇ ਪਾਸੇ ਸੀਗਾ ਸਕੂਲ ਬਾਅਦ ਚ ਬਣਿਆ ਜੀ ਬਾਅਦ ਚ ਬਣਿਆ ਹਾਂਜੀ ਪਹਿਲੇ ਨਹੀਂ ਸੀ ਹੈਗਾ ਪਹਿਲੇ ਜੰਜ ਘਰ ਹੀ ਸੀਗਾ ਤੇ ਨਾਲ ਗੁਰਦੁਆਰਾ ਸੀ ਜੀ ਠੀਕ ਹੈ ਜੰਜ ਘਰ ਨੂੰ ਸਕੂਲ ਬਣਾ ਦਿੱਤਾ ਹਾਂਜੀ ਦਰਬਾਰ ਬਣਾਤਾ ਜੀ ਬਜ਼ੁਰਗਾਂ ਦਾ ਜੀ ਹਸਤੀ ਕਿਹੜੀ ਇਹ ਇਹ ਬਾਬਾ ਹੀਰੇ ਸ਼ਾਹ ਸੀ ਜੀ ਪਿੱਛੇ ਨਾ ਇਹ ਆਪਣਾ ਜਿਹੜਾ ਸਾਡਾ ਪਿੰਡ ਸੀ ਨਾ ਉਹਦੇ ਲਾਗੇ ਹੀ ਸੀਗਾ ਗੁੱਜਰਪੁਰਾ ਉੱਥੋਂ ਦਾ ਸੀ ਅੱਛਾ ਅਜਨਾਲਾ ਤਹਿਸੀਲ ਦਾ ਹੀ ਸੀ ਇਹ ਵੀ ਕਿਸ ਨਿਸਬਤ ਨਾਲ ਮਤਲਬ ਦਰਬਾਰ ਕੋਈ ਦਰਵੇਸ਼ ਬਲੀ ਸੀ ਜੀ ਦਰਵੇਸ਼ ਸੀ ਜੀ ਅੱਛਾ ਦਰਵੇਸ਼ ਸੀ ਹਾਂਜੀ ਹਾਂਜੀ ਬਾਬਾ ਹੀਰੇ ਸ਼ਾਹ ਜੀ ਇਹਨਾਂ ਦੀ ਕੋਈ ਕਰਾਮਤ ਵੀ ਹੈ ਜੀ ਪਿੱਛੇ ਦੱਸਦੇ ਜੀ ਇੰਡੀਆ 'ਚ ਉੱਧਰ ਵੀ ਇਹਨਾਂ ਨਾਲ ਕਰਦਾ ਹੁੰਦਾ ਸੀ ਤੇ ਮੁੜ ਕੇ ਉਹਨਾਂ ਨੇ ਉਹਦੇ ਨਾਂ ਤੇ ਆਣ ਗਏ ਇੱਥੇ ਬਣਾ ਲਿਆ ਗਾ ਉਹਨਾਂ ਦੇ ਬਾਲ ਕੇ ਜਿਹੜੇ ਸੀਗੇ ਉਹਨਾਂ ਨੇ ਇੰਡੀਆ 'ਚ ਨਾ ਜੀ ਇਹਨਾਂ ਦਾ ਉੱਥੇ ਲੱਗਦਾ ਹੁੰਦਾ ਸੀਗਾ ਅੱਛਾ ਨਿਸ਼ਾਨੀਆਂ ਉਹਦੀਆਂ ਹੈਗੀਆਂ ਸੀ ਉਸ ਟਾਈਮ ਅੱਛਾ ਹਲੇ ਵੀ ਕਲਚਰ ਹੈਗਾ ਜੀ ਹਾਂਜੀ ਹਾਂਜੀ ਸਰਦਾਰ ਜਿਹੜੇ ਸੀ ਜਿੱਦਾਂ ਦਾ ਹਾਤਾ ਸੀ ਇਹ ਕਾਫੀ ਲੰਮਾ ਚੌੜਾ ਸੀਗਾ ਅੱਛਾ ਇੱਥੇ ਉਹਨਾਂ ਨੇ ਨਾ ਉਹ ਗੁਰਮੁਖੀ ਦੇ ਵਿੱਚ ਕਰਾਈ ਹੁੰਦੀ ਸੀਗੀ ਆਪਣਾ ਉਹ ਲਿਖਾਈ ਇੱਧਰ ਉਹਨਾਂ ਦੇ ਗੱਡੇ ਵਰਦੇ ਸੀ ਅੱਛਾ ਲੱਦੇ ਲੱਦਾ ਬਹੁਤ ਵੱਡੇ ਹਾਲ ਸੀ 20 ਫੁੱਟ ਉਚਾਈ ਦੇ ਹਾਲ ਸਨਗੇ 25 ਫੁੱਟ ਉਹਨਾਂ ਦੀ ਇੱਕ ਗਾਡਰ ਦੀ ਲੰਬਾਈ ਸੀ ਵਿੱਚ ਉਹਨਾਂ ਨੇ ਨਾ ਜੀ ਇਹਦੀਆਂ 36 ਇੰਚ ਦੀਆਂ ਦੀਵਾਰਾਂ ਸੀ ਸੈੜਾਂ ਪੱਕੀਆਂ ਸੀ ਤੇ ਵਿੱਚੋਂ ਕੱਚੀਆਂ ਸੀ ਗਰਮੀਆਂ ਨੂੰ ਠੰਡੀਆਂ ਤੇ ਸਰਦੀਆਂ ਨੂੰ ਸਰਦੀ ਨਹੀਂ ਸੀ ਪੈਂਦੀ ਇਹਨਾਂ ਨੇ ਤਕਰੀਬਨ ਗੱਲ ਉਹ ਵੀ ਪਾਕਿਸਤਾਨ ਬਣਨ ਤੋਂ ਆਇਆ ਤਕਰੀਬਨ 10 ਸਾਲ ਹੋਏ ਮਕਾਨ ਬਣਾਇਆ ਨੂੰ ਉਸ ਤੋਂ ਪਹਿਲਾਂ ਸਰਦਾਰਾਂ ਨੇ ਛੱਤਾਂ 20 ਫੁੱਟ ਤੇ ਛੱਤ ਰੱਖਦੇ ਸੀ ਉਹ ਦਰਵਾਜ਼ਾ ਪੁੱਟ ਕੇ ਉੱਚਾ ਕਰ ਲਓ ਅਗਰ ਬਾਜ਼ਾਰ ਉੱਚੇ ਹੋ ਗਏ ਤੇ ਤੇ 36 ਇੰਚ ਦੀ ਤਾਂ ਉੱਤੇ ਜਿਹੜੇ ਉਹਨਾਂ ਪਏ ਨਾ ਜਿਹੜੀ ਆ ਲੱਕੜ ਬੜੀ ਕੀਮਤੀ ਨਹੀਂ ਹੁੰਦੀ ਕੈਲ ਉਹਦੇ ਬਾਲੇ ਸੀ ਇਹ ਐਡੇ ਐਡੇ ਮੋਟੇ ਉੱਤੇ ਪੱਖਰ ਲੱਕੜ ਦਾ ਪਾਇਆ ਸੀ ਉਹਨਾਂ ਨੇ ਬੜੇ ਅੱਛੇ ਸੀ ਯਾਨੀ ਕਿ ਸਰਦਾਰਾਂ ਦਾ ਇਹ ਵੀ ਹੱਥ ਆ ਇਹਦੇ ਨਾਲ ਦਾ ਹੱਥ ਵੀ ਸਰਦਾਰ ਇੱਕ ਦਾ ਸੀ ਇਹ ਰਾਜਪੂਤ ਨੇ ਜੇ ਰਾਣੇ ਸੂਬੇਦਾਰ ਸੀ ਆਰਮੀ ਦੇ ਵਿੱਚ ਉਸ ਟਾਈਮ ਜਦੋਂ ਪਾਕਿਸਤਾਨ ਬਣਿਆ ਜੀ ਉਹਨਾਂ ਕੋਲ ਆ ਜੀ ਰਾਣਿਆਂ ਕੋਲ ਆਏ ਹੱਥਾ ਜੀ ਇੱਕ ਹੱਥ ਦੇ ਵਿੱਚ ਅਸੀਂ ਬੈਠੇ ਹਾਂ ਜੀ ਤੇ ਨਾਲ ਇਹ ਬੈਠੇ ਨੇ ਯਾਨੀ ਕਿ ਇੱਕ ਹੀ ਸਰਦਾਰ ਦਾ ਉਹਦੇ ਜਿਹੜੇ ਅਗਲੇ ਹੱਥ ਨੇ ਉਹਨਾਂ ਸਰਦਾਰਾਂ ਦੀਆਂ ਹਵੇਲੀਆਂ ਸੀ ਚਾਰ ਚਾਰ ਕਨਾਲ ਦਾ ਇੱਕ ਸਰਦਾਰ ਦਾ ਹੱਥਾ ਸੀ ਤੇ ਇੰਨੀ ਉਹਦੇ ਕੋਲ ਹਵੇਲੀਆਂ ਸੀਗੀਆਂ ਸਰਦਾਰਾਂ ਕੋਲ ਇਹਦਾ ਨਾਂ ਨੀ ਪਤਾ ਸਰਦਾਰ ਦਾ ਕੀ ਨਾਂ ਸੀ ਇਸ ਹੱਥੇ ਵਾਲੇ ਦਾ ਕਨਫਰਮ ਨੀ ਜੀ ਐਵੇਂ ਗਲਤੀਆਂ ਨਹੀਂ ਕਰਾਂ
ਜਿੱਥੇ ਬੰਦਾ ਖਲੋਤਾ ਆਇਆ ਇੱਕੋ ਸਰਦਾਰਾਂ ਦਾ ਸੀ ਇੰਨੀ ਖੁੱਲੀ ਜਗ੍ਹਾ ਸੀ ਤੇ ਇਹ ਜਿਹੜੇ ਇਹਦੇ ਮਤਬਾਦਲੇ ਇੱਥੋਂ ਲੱਗ ਕੇ ਤੇ ਉਹ ਕੋਨੇ ਤੱਕ ਇਹ ਸਰਦਾਰਾਂ ਦੀਆਂ ਹਵੇਲੀਆਂ ਸੀ ਹਾਂਜੀ ਇਹਨੇ ਇਹਨੇ ਖੁੱਲੇ ਹੱਥੇ ਹਾਂਜੀ ਜਿਹੜੇ ਡੰਗਰ ਡੁੰਗਰ ਬੰਨਦੇ ਸੀ ਡੰਗਰ ਸਰਦਾਰ ਬਹੁਤ ਜ਼ਿਆਦਾ ਨਹੀਂ ਸੀ ਰੱਖਦੇ ਦੱਸਦੇ ਤੇ ਵੀ ਦੋ ਢੱਗੇ ਤੇ ਦੋ ਕੁ ਮੱਝਾਂ ਆਪਣੇ ਘਰ ਲਈ ਆਪਣੇ ਘਰ ਲਈ ਰੱਖਦੇ ਸੀਗੇ ਸਾਹਿਬ ਨੇ ਆਏ ਇੰਡੀਆ ਤੋਂ ਆਏ ਸ੍ਰੀ ਅਕਾਲ ਜੀ ਵਿਜ਼ਿਟ ਕਰਨ ਇਹ ਜੀ ਸੂਬੇਦਾਰ ਦਾ ਪੋਤਰਾ ਜੀ ਜਿਹੜਾ ਅਲੀਗੌਰ ਸੀਗਾ ਇਹਦਾ ਪਿੰਡ ਸੀਗਾ ਆਪਣਾ ਗੁਜਰਪੁਰਾ ਤਹਿਸੀਲ ਅਜਨਾਲੇ ਦੇ ਬਿਲਕੁਲ ਨਾਲ ਦੀ ਪੱਕੀ ਸੜਕ ਬਣੀ ਸੀਗੀ ਠੀਕ ਹੈ ਠੀਕ ਹੈ ਹਾਂਜੀ ਇਹ ਫਿਰ ਸਿੱਖ ਛੱਡ ਕੇ ਉਹ ਸਾਰੇ ਬਾਹਰਲੇ ਬੰਦੇ ਹੀ ਬੈਠੇ ਆ ਹੁਣ ਹਾਂਜੀ ਹਾਂਜੀ ਜਿਹੜੇ ਉਧਰੋਂ ਹੀ ਆਏ ਸੀ ਉਧਰੋਂ ਹੀ ਆਏ ਸੀਗੇ ਟੋਟਲੀ ਠੀਕ ਪਹਿਲੇ ਹੈ ਸੀ ਰੈਸ਼ੀ ਬੰਦੇ ਲੇਕਿਨ ਉਹ ਉਹਨਾਂ ਫੌਤ ਹੋ ਗਏ ਆ ਓ ਅੱਛਾ ਹੈਗੇ ਹੈ ਸੀ ਟਾਈਮ ਬਹੁਤ ਹੋ ਗਿਆ ਇੱਕ ਨੂੰ ਤੇ ਹੁਣ 6 ਕੁ ਮਹੀਨੇ ਹੋਏ ਫੌਤ ਹੋਏ ਨੂੰ ਉਹਨਾਂ ਨੇ ਪੂਰੀ ਮਾਲੂਮਾਤ ਸੀ ਕਿ ਸਰਦਾਰ ਅੱਗੇ ਵੀ ਦੋ ਤਿੰਨ ਦਫਾ ਆਏ ਆ ਉਹ ਫਿਰ ਉਹਨਾਂ ਨਾਲ ਲੈ ਕੇ ਪੂਰਾ ਉਹਨਾਂ ਨੂੰ ਪਤਾ ਸੀ ਵੀ ਇਹ ਹਾਤਾ ਲਕਸ਼ਮਣ ਸਿੰਘ ਦਾ ਸੀ ਬਿਚਨ ਸਿੰਘ ਦਾ ਸੀ ਇੰਦਰ ਸਿੰਘ ਦਾ ਸੀ ਕਿਹੜੇ ਸਰਦਾਰ ਦਾ ਕੁਛ ਹੈ ਸੀ ਕੁਛ ਲਫ਼ ਸੀ ਕਰਨਾਲ ਕਰਨਾਲੀਏ ਭਾਈ ਕਹਿੰਦੇ ਸੀ ਉਹਨਾਂ ਨੂੰ ਕੁਛ ਘਰ ਉਹਨਾਂ ਦੇ ਸੀ ਹਾਂਜੀ ਅਕਾਲੀਏ ਕੁਛ ਘਰ ਉਹਨਾਂ ਦੇ ਸੀਗੇ ਹਾਂਜੀ ਹਾਂਜੀ ਤੇ ਦੋ ਨੰਬਰਦਾਰ ਸੀ ਜੀ ਪਿੰਡ ਦੇ ਠੀਕ ਹੈ ਇੰਦਰ ਸਿੰਘ ਤੇ ਲਕਸ਼ਮਣ ਸਿੰਘ ਰਕਬਾ ਇਹਦਾ ਜੀ ਟੋਟਲ ਨੰਬਰ ਇਹਦੇ ਹੈਗੇ ਨੇ 62-63 ਨੰਬਰ ਹੈ ਜੀ ਇੱਕ ਤੋਂ ਸ਼ੁਰੂ ਹੁੰਦਾ ਜੀ ਤੇ ਐਂਡ ਵਾਲਾ ਜਿਹੜੇ 63 ਮਰਬਾ ਜੀ ਵੋਟਾਂ ਕਿੰਨੀਆਂ ਪੈਂਦੀਆਂ ਵੋਟਾਂ ਤਕਰੀਬਨ 2200 ਵੋਟ ਪੈਂਦੀ ਹੈ ਜੀ ਹਾਂਜੀ ਪਿੰਡ ਦੀ ਆਬਾਦੀ ਕਿੰਨੀ ਪਿੰਡ ਦੀ ਆਬਾਦੀ ਜਿਹੜੀ ਆ ਹੋਣਾ ਕੋਈ ਘਰ ਜਿਹੜਾ ਮੇਰੇ ਹਿਸਾਬ ਨਾਲ ਹੋਣਾ ਕੋਈ 550 ਹੋਣਾ ਵਾ ਲੱਗਦਾ ਹੀ ਆ ਯਾਨੀ ਕਿ ਉਸ ਕੋਨੇ ਤੋਂ ਲੱਗ ਕੇ ਇੱਥੋਂ ਤੱਕ ਜਾਣੀ ਜੇ ਕੋਈ ਬੰਦਾ ਹੋਣਾ ਮੇਰੇ ਕੋਲ ਤਾਂ ਟਾਈਮ ਹੈ ਨਹੀਂ ਮਿਹਨਤ ਥੋੜ੍ਹੀ ਜਿਹੀ ਕਰੇ ਤਾਂ ਕੁਛ ਥਾਂ ਨਾ ਲੱਭ ਸਕਦੇ ਹਾਂਜੀ ਲੱਭ ਲਾਂਗੇ ਹਾਂਜੀ ਲੱਭ ਲਾਂਗੇ ਤੁਸੀਂ ਦੱਸਿਆ ਹੁੰਦਾ ਨਾ ਜੀ ਠੀਕ ਹੈ ਅਸੀਂ ਉੱਥੋਂ ਪਕਾਇਦਾ ਤਾਂ ਕਰ ਲੈਂਦੇ ਮਹਿਕਮਾ ਮਾਲ ਕੋਲੋਂ ਅੱਛਾ ਸਾਨੂੰ ਹਾਤਿਆਂ ਦੇ ਨੰਬਰ ਜਿਹੜੇ ਕਿਉਂਕਿ ਇਹ 45-47 ਚ ਆਏ ਨਾ ਲੋਕ ਜੀ 52-53 ਜਾ ਕੇ ਜਮਾਂ ਬੰਦੀ ਬਣੀ ਆ ਅੱਛਾ ਜੀ ਇੱਥੇ 42 ਦੀ ਬੜੇ ਛੋਟੀ ਜਿਹੀਆਂ ਸਰਦਾਰ ਜੀ ਹੈਗੀਆਂ ਨੇ ਮਾਲਕ ਵੱਡੇ ਸੀ ਹੁਣ ਤੇ ਕਸੂ ਵੱਜ ਗਿਆ ਮਸਾਲ ਛੋਟੇ ਛੋਟੇ ਕਿੱਲਿਆਂ ਚ ਮਾਲਕ ਆ ਗਏ ਸਰਦਾਰ ਤੇ ਮਰਬਿਆਂ ਦੇ ਮਾਲਕ ਸੀ ਸਾਰੇ ਥੋੜੇ ਨਾਂ ਸੀ ਨਾ ਬਿਲਕੁਲ ਥੋੜੇ ਔਰ ਕਲਮ ਨਾਲ ਲਿਖੇ ਸੀ ਜੀ ਹਾਂਜੀ ਆ ਜੋ ਮੈਂ ਉਹ ਬਜ਼ੁਰਗ ਖਲੋਤਾ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਉਂਦਾ ਵਾ ਉਹ ਉਸ ਟਾਈਮ ਬੂਟੀ ਆ ਆਇਆ ਹਾਂਜੀ ਪੁਰਾਣੀ ਆ ਉਹਨਾਂ ਤੁਹਾਡੀ ਮੁਲਾਕਾਤ ਕਰਾਉਂਦਾ ਉਹਨੂੰ ਸ਼ਾਇਦ ਜ਼ਿਆਦਾ ਮਾਲੂਮਾਤ ਹੋਵੇ ਕਿਉਂ ਜੀ ਹਾਂਜੀ ਹਾਂਜੀ ਟੌਗ ਨੂੰ ਟੱਚ ਕਰਦਾ ਹੈ ਉੱਤੋਂ ਦੀ ਘੁੰਮ ਕੇ ਵੀ ਇਸ ਤਰ੍ਹਾਂ ਹੀ ਅਗਲੇ ਪਾਸੇ ਸਾਰੇ ਨਾ ਬੜੀ ਅੱਛੀ ਕਟਿੰਗ ਸੀ ਅੱਗੋਂ ਲੋਕਾਂ ਨੇ ਹੁਣ ਬਾਜ਼ਾਰ ਗਲੀਆਂ ਤੰਗ ਕਰ ਦਿੱਤੇ ਹਾਂਜੀ ਇੰਨੀ ਅੱਛੀ ਕਟਿੰਗ ਸੀ ਇੱਥੋਂ ਦੀ ਉਹ ਨਲਕਾ ਤੇ ਹੈ ਨਹੀਂ ਸੀ ਉਸ ਟਾਈਮ ਅੱਛਾ ਖੂਹੀਆਂ ਸੀ ਠੀਕ ਆ ਹਾਂ ਲੂਣ ਤੇ ਲੈਲਕੋਰ ਵਾਲੀ ਕਟਿੰਗ ਸੀ ਉਹ ਬਾਹਰ ਖੇਤਾਂ 'ਚ ਵੀ ਖੂਹ ਸੀਗੇ ਨਹੀਂ ਖੇਤਾਂ 'ਚ ਹੈ ਨਹੀਂ ਸੀ ਖੇਤਾਂ 'ਚ ਨਹਿਰ ਚੱਲਦੀ ਸੀ ਨਹਿਰੀ ਸੀ ਨਹਿਰੀ ਨਿਜ਼ਾਮ ਸੀ ਇਹ ਯਾਨੀ ਕਿ 1894 ਦੇ ਵਿੱਚ ਰੈਸਟ ਹਾਊਸ ਬਣੇ ਜਿਹੜੇ ਬੰਗਲੇ ਸੀ 1896 ਦੇ ਵਿੱਚ ਨਹਿਰਾਂ ਨਿਕਲੀਆਂ ਜੀ 1896 'ਚ ਜਿਹੜੇ 1906 'ਚ ਪਿੰਡ ਵੱਜਿਆ ਸੀ ਹਾਂਜੀ 1906 'ਚ ਪਿੰਡ ਵੱਜਿਆ ਚੱਕਬੰਦੀ ਹੋਈ ਫਿਰ ਇਹਨਾਂ ਜੰਗਲ ਸੀ ਕੁਛ ਨਿਸ਼ਾਨੀਆਂ ਇਹਦੀਆਂ ਇਹਦਾ ਤਸੀਲ ਤਾਂਦੜਾ 'ਚ ਜਾਈਏ ਨਾ ਜੀ ਅਜੇ ਬਿਲਕੁਲ ਉਹ ਬਾਰ ਦੀਆਂ ਇਹਨੂੰ ਕਹਿੰਦੇ ਸਾਂਦਲ ਦੀ ਬਾਰ ਸਾਂਦਲ ਬਾਰ ਵੱਜਦੀ ਉਹਦੀਆਂ ਹਾਂਜੀ ਗੁਗੇਰਾ ਬ੍ਰਾਂਚ ਆ ਜੀ ਹਾਂਜੀ ਉਹ ਇਹਦੇ ਨਿਸ਼ਾਨੀਆਂ ਅਜੇ ਵੀ ਖੜੀਆਂ ਨੇ ਬਿਲਕੁਲ ਉਹ ਜੰਗਲ ਜਾਂ ਉਹ ਦਰਖਤ ਜਿਹੜੇ ਵਣ ਦੇ ਦਰਖਤ ਸੀ ਵੱਡੇ ਵੱਡੇ ਹੈਗੇ ਆ ਮੈਂ ਇੱਕ ਪਿੰਡ ਗਿਆ ਜੀ ਉਹਨਾਂ ਨੇ ਛੱਡੀ ਮੈਂ ਕਿਹਾ ਇੱਕ ਵਿੱਚ ਖੂਹ ਵੀ ਲੱਗਾ ਉਸ ਖੂਹ ਲੱਗਾ ਉਹਨਾਂ ਕਿਹਾ ਸਰਦਾਰਾਂ ਦੀ ਨਿਸ਼ਾਨੀ ਅਜੇ ਤੱਕ ਅਸੀਂ ਰੱਖੀ ਆ ਤਕਰੀਬਨ ਨਾ ਕੋਈ 1 ਏਕੜ ਰਕਬਾ ਜੀ ਬਿਲਕੁਲ ਸੇਮ ਟੂ ਉਹੀ ਨਕਸ਼ਾ ਜਿਹੜਾ 1906 ਤੋਂ ਪਹਿਲੇ ਦਾ ਸੀਗਾ ਕਿਉਂਕਿ ਉਹ ਲੋਕ ਪਹਿਲੋਂ ਦੇ ਆਬਾਦ ਨੇ ਇਹ ਜਿਹੜੇ ਰਾਵੀ ਦੇ ਮਹਿਲਾ ਲੋਕ ਨੇ ਨਾ ਜੇ ਪਾਣੀ ਦਾ ਕਰਕੇ ਮਾਲ ਡੰਗਰ ਲੈ ਕੇ ਇੱਥੇ ਆ ਗਏ ਉਹ ਲੋਕਲ ਨੇ ਠੀਕ ਹੈ ਪਹਿਲੇ ਵਸਿੰਦੇ ਨੇ ਅਸੀਂ ਮਹਾਜਰ ਹਾਂ ਅਸੀਂ ਤੇ ਸਾਡੀ ਹਿੱਜਰਤ ਕਰਕੇ ਇੰਡੀਆ ਤੋਂ ਆਏ ਹਾਂ ਠੀਕ ਹੈ ਠੀਕ ਹਾਂਜੀ ਪਹਿਲੇ ਵਸਿੰਦੇ ਕਿਹੜੇ ਸੀ ਫਿਰ ਕੀ ਕਹਿੰਦੇ ਸੀ ਉਹਨਾਂ ਜਿਹੜੇ ਲੋਕ ਇੱਥੇ ਰਹੇ ਨਹੀਂ ਉੱਠ ਕੇ ਗਏ ਉਹਨਾਂ ਨੂੰ ਆਪਾਂ ਵਸਿੰਦੇ ਕਹਿੰਦੇ ਵਸਿੰਦੇ ਹਾਂ
समुद्री है ना जी, इन्हू कहिंदे सह मुंदरी। इत्थे तीन मंदिर सन। समुद्री लफज जिहड़ा ना सह मुंदरी आ। सह कहिंदे तीन नू जी, मुंदरी सह मुंदरी। तीन तीन मंदिर आली, यानी कि तीन मंदिर सी समुद्री दे विच, उस करके दा नाम सह मुंदरी आ। सह तीन नू कहिंदे जी, सह मुंदरी। असल लफज आ सह मुंदरी जी। बाबा जी आ जाओ। समुद्री जिहड़ियां ने उत्थे मंदिर सी तीन, उस वजह तों दा नाम सह मुंदरी आ जी। फिर इत्थे इस तों अंदाजा लगदा वी कुछ हिंदुआं दी आबादी वी काफी होणी। हां जी हैगी सी जी भाई, बहुत सारे फिल्म स्टार जिहड़े ना हिंदू सी ना शहरां च रहिंदे सी। हां जी हां जी, समुद्री का नाम ही दस दिता सह मुंदरी। हां जी चलदा मैं दसिया जी अगे।